ਕਾਰਡ ਦਾ ਨਤੀਜਾ ਹੈ ਕਿ ਕਦੇ ਇਹ ਕਰੋੜ ਰੁਪਈਆ ਜੁਰਮਾਨਾ ਰੱਖ ਰਹੇ ਨੇ, ਕਦੇ ਇਹ ਜਿਹੜਾ ਵਿਕਾਸ ਫੰਡ ਹੈ ਪਿੰਡੂ ਵਿਕਾਸ ਫੰਡ ਉਹ ਰੋਕ ਰਹੇ ਨੇ, ਕਦੇ ਰੇਲ ਗੱਡੀਆਂ ਰੋਕ ਰਹੇ ਨੇ। ਪਤਾ ਇਹਨਾਂ ਨੂੰ ਵੀ ਹੈ ਕਿ ਪੰਜਾਬ ਜਿਹੜਾ ਲੜਾਈ ਲੜੂਗਾ। ਨੈਸ਼ਨਲ ਹਾਈਵੇ ਨਹੀਂ ਹੈਗਾ ਇੱਥੇ, ਪੰਜਾਬੀ ਨਜ਼ਰ ਨਹੀਂ ਹੈਗੀ, ਤਾਂ ਸਾਨੂੰ ਰੰਗ ਮਾਰਨ ਦਾ ਕਿਉਂ ਨਹੀਂ ਖਿਆਲ ਹੈ? ਮੈਂ ਆਉਂਦਾ ਉਹਦਾ ਹੀ ਸੋਚਦਾ ਸੀ, ਮੈਂ ਕਿਹਾ ਯਾਰ ਪੋਚਾ ਲੈ ਕੇ ਆਉਣਾ ਸੀ, ਮਾਰ ਕੇ ਜਾਂਦੇ ਆ। ਲੈ ਹੱਥ ਖੜਾ ਕਰਿਓ ਜਿਹੜੇ ਆਪਣੇ ਜਵਾਕਾਂ ਨੂੰ ਘਰੇ ਪੁੱਛਦਾ ਸੀ ਪੁੱਤ ਨੂੰ ਪੰਜਾਬੀ ਪੜ੍ਹਾਉਂਦੇ ਕਿ ਨਹੀਂ ਪੜ੍ਹਾਉਂਦੇ। ਨਿੱਤਰੂਗਾ ਕੋਈ ਸੂਰਮਾ? ਸਰਬ ਹਿੱਤਕਾਰੀ ਸਕੂਲ ਆ ਨਾ ਜਿਹੜਾ, ਸਰਬ ਹਿੱਤਕਾਰੀ ਸਕੂਲ ਇੱਧਰ ਹੈਗਾ, RSS ਦੇ ਸਕੂਲ ਨੇ ਸਾਰੇ, 125-27 ਸਕੂਲ ਹੈ ਪੰਜਾਬ 'ਚ। ਸਵੇਰੇ ਹਵਨ ਚੱਲਦਾ ਹੁੰਦਾ ਉਹਨਾਂ ਸਕੂਲਾਂ 'ਚ ਹਵਨ। ਪੰਜਵੇਂ ਪਾਤਸ਼ਾਹੀ ਕਹਿੰਦੇ ਜੀ ਖੁਦਕੁਸ਼ੀ ਕਰ ਗਏ ਸੀ, ਛੇਵੇਂ ਪਾਤਸ਼ਾਹੀ ਦਾ ਜੀ ਦਿਮਾਗ ਖਿੱਲ ਗਿਆ ਸੀ, ਦਸਵੇਂ ਪਾਤਸ਼ਾਹੀ ਦਾ ਕਹਿੰਦੇ ਜੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜੇ ਹੋ ਗਏ ਸੀ। ਸਾਡੇ ਜਵਾਕਾਂ ਨੂੰ ਇਹ ਪੜ੍ਹਾਇਆ ਜਾ ਰਿਹਾ? ਕਿੰਨੇ ਕੁ ਬੰਦੇ ਆ ਅਸੀਂ ਜਿਹੜੇ, ਮੈਨੂੰ ਐਂ ਦੱਸਿਓ ਹੱਥ ਖੜੇ ਕਰ ਦਿਓ, ਇਸ ਸਮੇਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ, ਕਿੰਨੇ ਬੁੰਗੇ ਆ ਬਈ ਉੱਥੇ ਜਾਂਦੇ ਹੋ ਮੱਥਾ ਟੇਕਣ ਤੱਕ ਹੀ ਸੀਮਤ? ਅੱਖਾਂ ਮੀਚ ਕੇ ਬੜੀ ਸ਼ਾਂਤੀ ਆਈ ਜੀ ਉੱਥੇ, ਟੇਕ ਕੇ 100 ਰੁਪਇਆ ਮੱਥਾ ਕੋਈ ਮੰਗ ਲੈਂਦੇ ਹਾਂ, ਬਾਬਾ ਕਨੇਡਾ ਵਗਜ ਗਏ, ਵਾਹਿਗੁਰੂ ਸਾਡੀ ਕੁੜੀ ਦਾ ਵਿਆਹ ਹੋ ਜੇ, ਚੰਗੇ ਥਾਂ ਸਾਡੀਆਂ ਆਹੀ ਮੰਗਾਂ ਨੇ। ਅੱਜ ਮੈਨੂੰ ਇਹ ਲੱਗਦਾ ਕਿ ਯਾਰ ਜੇ ਅੱਜ ਕਦੇ ਮੋਦੀ ਕਹਿੰਦੇ ਨਾ ਵੀ ਤੁਹਾਡੇ ਸਾਰੇ ਕਰਜ਼ੇ ਮਾਫ਼ ਹੈ ਅਤੇ ਤੁਹਾਡਾ ਆਹ ਜਿਹੜਾ ਕਾਨੂੰਨ ਵੀ ਅਸੀਂ ਖਤਮ ਕਰ ਦਿੰਦੇ ਹਾਂ, ਰੱਦ ਕਰ ਦਿੰਦੇ ਹਾਂ, ਤਾਂ ਮੈਂ ਸ਼ਰਤ ਕਰਦਾ 2022 ਦੇ ਵਿੱਚ ਸਾਰੇ ਦੇ ਸਾਰੇ ਜੇ MLA ਅਸੀਂ ਨਾਚਤਾ ਦੇ ਦਾਂ। ਡੇਰਿਆਂ 'ਚ ਅਸੀਂ ਤੁਰੇ ਫਿਰਦੇ ਹਾਂ, ਗਾਤਰੇ ਸਾਡੇ ਪਾਏ ਹੁੰਦੇ ਆ, ਤੜਕੇ ਗੁਰਦੁਆਰੇ ਜਾਂਦੇ ਹਾਂ, ਦੁਪਹਿਰੇ ਕਿਸੇ ਡੇਰੇ 'ਤੇ ਹੁੰਦੇ, ਹੱਥ ਨੇ ਕਿਸੇ ਜਗਰਾਤੇ 'ਤੇ ਬੈਠੇ ਹੁੰਦੇ ਹਾਂ। ਹੱਥ ਤੁਸੀਂ ਵੀ ਖੜ੍ਹੇ ਕਰਕੇ ਦੱਸਿਓ ਕਿੰਨੇ ਕੁ ਜਾਂਦੇ ਹੋ। ਆਹ ਲੰਗੜਾ ਸੂਬਾ ਸਾਨੂੰ ਦੇ ਦਿੱਤਾ ਗਿਆ, ਪੰਜਾਬੀ ਬੋਲਦੇ ਸਾਡੇ ਕੋਲੋਂ ਖੋਹ ਲਏ ਗਏ ਇਲਾਕੇ, ਉਹ ਰਾਜਸਥਾਨ ਨੂੰ ਦੇ ਦਿੱਤੇ ਗਏ, ਹਿਮਾਚਲ ਨੂੰ ਦੇ ਦਿੱਤੇ ਗਏ, ਹਰਿਆਣਾ ਹੱਥ ਪਾਸੇ ਕਰ ਦਿੱਤਾ ਗਿਆ, ਪਾਣੀ ਸਾਡੇ ਖੋਹ ਲਏ ਗਏ, ਬੋਲੀਆਂ ਸਾਡੀਆਂ ਮਾਰੀ ਜਾਂਦੇ ਨੇ, ਜੰਮੂ 'ਚੋਂ ਖਤਮ ਕਰਤੀ, ਰਾਜਸਥਾਨ 'ਚੋਂ ਖਤਮ ਕਰਤੀ, ਹਰਿਆਣੇ 'ਚੋਂ ਖਤਮ ਕਰਤੀ, ਆਹ ਚੰਡੀਗੜ੍ਹ 'ਚੋਂ ਖਤਮ, ਜਮੇ ਤੁਸੀਂ ਦੇਖ ਲਓ ਚੰਡੀਗੜ੍ਹ ਲੱਗਦਾ ਪੰਜਾਬ ਦਾ ਹਿੱਸਾ ਹੁੰਦਾ। ਉਹ ਸਰਦਾਰ ਕਪੂਰ ਸਿੰਘ ਨੇ ਗੱਲ ਕਹੀ ਸੀ ਇੱਕ ਕਿ ਜੇ ਆਹੀ ਕੁਛ ਕੌਮ ਅਸੀਂ ਸੁੱਤੀ ਰਹੀ ਨਾ ਤਾਂ ਅਸੀਂ ਇਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਹੋਇਆ ਕਰਾਂਗੇ ਡਰਾਈਵਰ। ਅੱਜ ਉਹ ਸਮਾਂ ਆ ਗਿਆ, ਅੱਜ ਅਸੀਂ ਇਹਨਾਂ ਲੋਕਾਂ ਦੀਆਂ ਗੱਡੀਆਂ ਦੇ ਡਰਾਈਵਰ, ਇਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਦੇ ਹਾਂ, ਇਹਨਾਂ ਦੇ ਵੱਡੇ ਵੱਡੇ ਹੋਟਲਾਂ ਦੇ ਵੱਡੀਆਂ ਦੁਕਾਨਾਂ ਦੇ ਮੂਹਰੇ ਖੜ੍ਹ ਕੇ ਚੌਂਕੀਦਾਰ ਬਣ ਖੜ੍ਹੇ ਹੁੰਦੇ, ਗੇਟ ਖੋਲਦੇ ਹੁੰਦੇ ਆ, ਖੜ੍ਹੇ ਆ ਕਿ ਨਹੀਂ ਦੇਖਦੇ ਹੁੰਦੇ ਤੁਹਾਨੂੰ ਵੀ? ਇੱਥੋਂ ਸੁਣੋਗੇ ਜਾਓਗੇ ਫਿਰ ਆਪਾਂ ਕੰਮਾਂ ਕਾਰਾਂ 'ਚ ਲੱਗ ਜਾਂਗੇ। ਕੋਈ ਗੱਲ ਨਹੀਂ ਯਾਰ, ਗੱਲਾਂ ਤਾਂ ਠੀਕ ਨੇ, ਠੀਕ ਆ, ਕੋਈ ਗੱਲ ਨਹੀਂ, ਦੇਖਦੇ ਹਾਂ ਅੱਗੇ ਕੀ ਬਣਦਾ, ਪਰ ਇਹਦੀ ਅਮਲ ਕਦੋਂ ਕਰੋਗੇ? ਇਹ ਲੜਾਈ ਲੜੇ ਬਿਨਾ ਗੁਜ਼ਾਰਾ ਹੋਣਾ ਨਹੀਂ। ਮੈਂ ਕੱਲ੍ਹ ਕਿਸੇ ਪੰਜਾਬ ਦੇ ਮੰਤਰੀ ਨਾਲ ਗੱਲ ਕਰ ਰਿਹਾ ਸੀ, ਮਸਲਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਿ ਕਿਵੇਂ ਸੈਂਟਰ ਆ ਜਿਹੜਾ ਉਹ ਇਹਨੂੰ ਆਪਣੇ ਅਧੀਨ ਕਰ ਰਿਹਾ, ਅਤੇ ਇੱਕੋ ਇੱਕ ਸਾਡੇ ਕੋਲ ਕੜੀ ਹੈਗੀ ਆ ਯੂਨੀਵਰਸਿਟੀ ਜਿਹਦੇ ਉੱਤੇ ਅਸੀਂ ਅੱਜ ਵੀ ਦਾਅਵਾ ਕਰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹੈ, ਅਤੇ ਉਹ ਵੀ ਖੋਣ ਦੀਆਂ ਜਿਹੜੀਆਂ ਚਾਲਾਂ ਹੋ ਰਹੀਆਂ ਨੇ। ਤਾਂ ਅਸੀਂ ਜਿਹੜਾ ਇੱਧਰ ਕਿਸਾਨੀ ਮਸਲੇ ਦੇ ਵਿੱਚ ਉਲਝੇ ਹੋਏ ਹਾਂ, ਸਾਰਿਆਂ ਦਾ ਜ਼ੋਰ ਇੱਧਰ ਲੱਗਿਆ ਹੋਇਆ, ਪਰ ਉੱਧਰ ਉਹ ਨਵੇਂ ਤੋਂ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ। ਪਿਛਲੇ ਸਾਲ ਯੂਨੀਵਰਸਿਟੀ ਦੇ ਵਿੱਚ ਆ ਕੇ ਕਿਰਨ ਖੇਰ ਜਿਹੜੀ MP ਆ ਚੰਡੀਗੜ੍ਹ ਤੋਂ, ਅਤੇ ਸੋਮ ਪ੍ਰਕਾਸ਼ ਜਿਹੜਾ ਇਹਨਾਂ ਦਾ ਮੰਤਰੀ ਰਿਹਾ, ਵਜ਼ੀਰ ਰਿਹਾ ਜਿਹੜਾ ਇਹਨਾਂ ਦਾ ਕੈਬਨਿਟ ਦੇ ਵਿੱਚ, ਕੇਂਦਰ ਦੇ ਵਿੱਚ, ਉਹਨਾਂ ਨੇ ਸ਼ਰੇਆਮੇ ਗੱਲ ਕਹਿਤੀ ਯੂਨੀਵਰਸਿਟੀ ਦੇ ਵਿੱਚ ਹਰਮਨ ਅਰਗੇ ਖੜ੍ਹੇ, ਉਹਨੂੰ ਪਤਾ ਹੈ ਕਿ ਜੇ ਅਸੀਂ ਕਸ਼ਮੀਰ ਦੇ ਵਿੱਚ 370 ਤੋੜ ਸਕਦੇ ਹਾਂ ਤਾਂ ਯੂਨੀਵਰਸਿਟੀ ਕੀ ਚੀਜ਼ ਹੈ, ਸੈਨੇਟ ਨੂੰ ਤੋੜਨਾ ਕਿੱਡੀ ਗੱਲ ਹੈ। ਸੋ ਇਹ ਬਹੁਤ ਵੱਡੀਆਂ ਚਾਲਾਂ ਜਿਹੜੀਆਂ ਹੋ ਰਹੀਆਂ ਨੇ। ਆਪਾਂ ਗੱਲ ਕਰਦੇ ਹਾਂ ਵਾਰ ਵਾਰ RSS ਦੀ ਕਿ ਕਿਵੇਂ ਉਹਨੇ ਪੂਰੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ, ਕਿਵੇਂ ਸਾਡੇ ਵਿੱਦਿਅਕ ਅਦਾਰਿਆਂ ਦੇ ਵਿੱਚ, ਕਿਵੇਂ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਹੌਲੀ ਹੌਲੀ ਕਬਜ਼ਾ ਜਮਾ ਲਿਆ। ਹੁਣ ਜਿਹੜਾ ਇੱਥੇ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਲੱਗਿਆ ਹੋਇਆ ਹੈ ਰਾਜ ਕੁਮਾਰ, ਬਨਾਰਸ ਤੋਂ ਲਿਆਂਦਾ ਹੋਇਆ ਬੰਦਾ, RSS ਦਾ ਪੱਕਾ ਬੰਦਾ ਹੈ। ਜਿੰਨੀਆਂ ਨਿਯੁਕਤੀਆਂ ਹੋਈਆਂ ਨੇ ਪ੍ਰੋਫੈਸਰਾਂ ਦੀਆਂ, ਲੈਕਚਰਾਰਾਂ ਦੀਆਂ ਜਾਂ ਹੋਰ ਨਿਯੁਕਤੀਆਂ ਹੋਈਆਂ ਨੇ, ਜਿੰਨੇ ਆਪਣੇ ਪੰਜਾਬੀ ਮੂਲ ਦੇ ਬੰਦੇ ਸਾਰੇ ਕੱਢ ਦਿੱਤੇ ਗਏ, ਸਾਰੇ RSS ਦੇ ਬੰਦੇ ਇੱਥੇ ਅਪੁਆਇੰਟ ਕਰ ਦਿੱਤੇ ਗਏ। ਇਹ ਗੱਲਾਂ ਪ੍ਰਤੀ ਵੀ ਸਾਨੂੰ ਲੋੜ ਆ ਜਾਗਣ ਦੀ ਜਾਂ ਲੜਨ ਦੀ ਵੀ ਲੋੜ ਆ। ਹੁਣ ਤੁਸੀਂ ਦੇਖੋ ਕਿ ਬੁਖਲਾਟ ਦਾ ਨਤੀਜਾ ਹੈ ਕਿ ਕਦੇ ਇਹ ਕਰੋੜ ਰੁਪਈਆ ਜੁਰਮਾਨਾ ਰੱਖ ਰਹੇ ਨੇ, ਕਦੇ ਇਹ ਜਿਹੜਾ ਵਿਕਾਸ ਫੰਡ ਹੈ ਪੇਂਡੂ ਵਿਕਾਸ ਫੰਡ ਉਹ ਰੋਕ ਰਹੇ ਨੇ,
ਕਦੇ ਰੇਲ ਗੱਡੀਆਂ ਰੋਕ ਰਹੇ ਨੇ। ਪਤਾ ਇਹਨਾਂ ਨੂੰ ਵੀ ਹੈ ਕਿ ਪੰਜਾਬ ਜਿਹੜਾ ਲੜਾਈ ਲੜੂਗਾ। ਪਰ ਭਰਾਵੋ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ, ਦੋ ਵੇਲੇ ਅਰਦਾਸ ਕਰਿਆ ਕਰੋ, ਧਰਤੀ ਮਾਂ ਨੂੰ ਮੱਥਾ ਟੇਕਿਆ ਕਰੋ ਕਿ ਯਾਰ ਜੇ ਸਾਡੀ ਜ਼ਿੰਦਗੀ ਇਸ ਪੰਜਾਬ ਲੇਖੇ ਲੱਗਦੀ ਹੈ ਤਾਂ ਅਸੀਂ ਲਾ ਕੇ ਜਾਵਾਂਗੇ। ਕਿਤੇ ਨਾ ਹੋਵੇ ਕਿ ਜਦੋਂ ਲੜਾਈ ਨੇ ਨਿਰਣਾਇਕ ਮੋੜ 'ਤੇ ਜਾਣਾ ਅਤੇ ਆਗੂਆਂ ਨੂੰ ਫੜੋ ਫੜੀ ਕਰਕੇ ਅੰਦਰ ਦੇ ਤਾ ਜਾਂ ਕੋਈ ਗੱਲਬਾਤ ਹੋਰ ਹੋ ਗਈ ਅਤੇ ਅਸੀਂ ਘਰਾਂ 'ਚ ਬਹਿ ਜਾਈਏ ਜਾ ਕੇ ਵੀ ਛੱਡੋ ਯਾਰ, ਉਹਨੂੰ ਤਾਂ ਫੜ ਕੇ ਦਿੱਲੀ ਲੈ ਗਏ, ਉਹਨੂੰ ਫੜ ਕੇ ਤਿਹਾੜ ਸਿੱਟਤਾ ਜਾਂ ਉਹ ਤਾਂ ਹੁਣ ਆਉਂਦਾ ਨਹੀਂ ਅਤੇ ਅਸੀਂ ਕੀ ਲੈਣਾ, ਸਾਡੀ ਤਾਂ ਫਾਈਲ ਲੱਗੀ ਹੋਈ ਹੈ ਕੈਨੇਡਾ ਵਾਲੀ, ਸਾਡਾ ਤਾਂ ਵਿਆਹ ਧਰਿਆ ਹੋਇਆ, ਸਾਡਾ ਤਾਂ ਮਗਰ ਸਾਰਾ ਪਰਿਵਾਰ ਹੀ ਖਰਾਬ ਹੋ ਜੂਗਾ, ਮੇਰੀ ਤਾਂ ਮਾਂ ਲੜੂਗੀ, ਮੇਰਾ ਤਾਂ ਪਿਓ ਇਕੱਲਾ, ਮੈਂ ਇਕੱਲਾ। ਇਹੋ ਜਿਹੀਆਂ ਗੱਲਾਂ ਨਾ ਹੋਣ। ਨੈਸ਼ਨਲ ਹਾਈਵੇ ਨਹੀਂ ਹੈਗਾ, ਇੱਥੇ ਪੰਜਾਬੀ ਨਜ਼ਰ ਨਹੀਂ ਹੈਗੀ ਤਾਂ ਸਾਨੂੰ ਰੰਗ ਮਾਰਨ ਦਾ ਕਿਉਂ ਨਹੀਂ ਖਿਆਲ ਹੈ? ਮੈਂ ਆਉਂਦਾ ਉਹਦਾ ਹੀ ਸੋਚਦਾ ਸੀ, ਮੈਂ ਯਾਰ ਪੋਚਾ ਲੈ ਕੇ ਆਉਣਾ ਸੀ, ਮਾਰ ਕੇ ਜਾਂਦੇ ਅੱਜ। ਇਹ ਗੱਲ ਮੈਂ ਕਿਉਂ ਕਰਦਾ? ਮੈਂ ਹਰ ਥਾਂ ਹਰ ਸਟੇਜ 'ਤੇ ਜ਼ਬਾਨ ਦੀ ਗੱਲ ਕਿਉਂ ਕਰਦਾ? ਜ਼ਬਾਨ ਦੀ ਬਹੁਤ ਵੱਡੀ ਕੀਮਤ ਹੁੰਦੀ, ਅਹਿਮੀਅਤ ਹੁੰਦੀ ਹੈ ਕੌਮ ਦੇ ਵਜੂਦ ਦੇ ਲਈ। ਕੌਮ ਦਾ ਵਜੂਦ ਜਵਾਨਾਂ ਨਾਲ ਜਾਂਦੇ ਰਹਿੰਦੇ ਨੇ, ਜਿੱਥੇ ਜਵਾਨਾਂ ਮਰਦੀਆਂ ਨੇ ਕੌਮਾਂ ਦੇ ਵਜੂਦ ਮਰਦੇ ਨੇ। ਹੁਣ ਤੁਸੀਂ ਇੰਨੇ ਬੈਠੇ ਹੋ ਇੱਥੇ, ਸੈਂਕੜਿਆਂ ਦੀ ਗਿਣਤੀ 'ਚ ਆਏ ਹੋ, ਮੈਨੂੰ ਐਂ ਦੱਸਿਓ ਤੁਹਾਡੇ ਸਾਰਿਆਂ ਦੇ ਜਵਾਕ ਨੇ ਜਿਹੜੇ ਉਹ ਅੰਗਰੇਜ਼ੀ ਮਾਧਿਅਮ ਸਕੂਲਾਂ 'ਚ ਪੜ੍ਹਦੇ ਹੋਣੇ ਆ। ਅਸੀਂ ਇਹ ਨਹੀਂ ਕਹਿੰਦੇ ਅੰਗਰੇਜ਼ੀ ਨਾ ਪੜ੍ਹਾਓ, ਅੰਗਰੇਜ਼ੀ ਪੜ੍ਹਾਓ, ਹਿੰਦੀ, ਅਰਬੀ, ਉਰਦੂ, ਜੋ ਮਰਜ਼ੀ ਪੜ੍ਹਾਓ, ਪਰ ਅਸੀਂ ਆਪਣੀ ਮਾਂ ਬੋਲੀ ਨਾਲੋਂ ਕਿਉਂ ਟੁੱਟ ਰਹੇ ਹਾਂ? ਮਾਂ ਬੋਲੀ ਨਾਲੋਂ ਟੁੱਟ ਕੇ ਅਸੀਂ ਬਚਾਂਗੇ ਕਿਵੇਂ ਯਾਰ? ਲੈ ਹੱਥ ਖੜ੍ਹਾ ਕਰਿਓ ਜਿਹੜੇ ਆਪਣੇ ਜਵਾਕਾਂ ਨੂੰ ਘਰੇ ਪੁੱਛਦੇ ਹੀ ਪੁੱਤ ਨੂੰ ਪੰਜਾਬੀ ਪੜ੍ਹਾਉਂਦੇ ਕਿ ਨਹੀਂ ਪੜ੍ਹਾਉਂਦੇ, ਨਿਤਰੂਗਾ ਕੋਈ ਸੂਰਮਾ? ਹਾਂ, ਪੰਜ ਚਾਰ ਹੈਗੇ ਆ, ਪੰਜ ਚਾਰ ਹੈਗੇ ਆ, ਸੈਂਕੜੇ 'ਚੋਂ ਪੰਜ ਚਾਰ ਹੀ ਨਜ਼ਰ ਆਉਂਦੇ ਆ। ਸਾਡੇ ਹਾਲਾਤ ਭਰਾਵੋ ਇਹ ਹੋਏ ਪਏ ਆ, ਇੱਕ ਵਾਰੀ ਜਵਾਕ ਨੂੰ ਸਕੂਲ ਪਾਤਾ, ਸਾਲ ਬਾਅਦ ਜਾਂਦੇ ਹੁੰਦੇ ਹੈ, ਸਾਡੇ ਵਾਲੇ ਦੇ 90 ਆ ਗਏ, ਸਾਡੇ ਵਾਲੇ ਦੇ 95 ਆ ਗਏ, 98 ਆ ਗਏ, ਲੱਡੂ ਲਿਆ ਕੇ ਵੰਡਦੇ ਨੇ ਵੀ ਸਾਡਾ ਜਵਾਕ ਪਾਸ ਹੋ ਗਿਆ। ਸਾਡੇ ਜਵਾਕ ਨੂੰ ਕੀ ਪੜ੍ਹਾਇਆ ਜਾ ਰਿਹਾ, ਕੀ ਸਿਖਾਇਆ ਜਾ ਰਿਹਾ, ਕਿਹੜੀਆਂ ਕਦਰਾਂ ਕੀਮਤਾਂ ਭਰੀਆਂ ਜਾ ਰਹੀਆਂ, ਕੀ ਉਹਨੂੰ ਸਮਾਜ ਦੇ ਵਿੱਚ ਚੰਗਾ ਨਾਗਰਿਕ ਬਣਾਇਆ ਜਾ ਰਿਹਾ, ਕੀ ਇਤਿਹਾਸ ਨੂੰ ਤੋੜਿਆ ਤਾਂ ਨਹੀਂ ਜਾ ਰਿਹਾ, ਇਤਿਹਾਸ ਪੜ੍ਹਾਇਆ ਜਾ ਰਿਹਾ? ਉਹ ਅਸੀਂ ਕੋਈ ਨਹੀਂ ਪਾਉਂਦਾ। ਸਰਬ ਹਿੱਤਕਾਰੀ ਸਕੂਲ ਆ ਨਾ, ਜਿਹੜਾ ਸਰਬ ਹਿੱਤਕਾਰੀ ਸਕੂਲ ਇੱਧਰ ਹੈਗਾ, RSS ਦੇ ਸਕੂਲ ਨੇ ਸਾਰੇ, 125-27 ਸਕੂਲ ਹੈ ਪੰਜਾਬ 'ਚ। ਸਵੇਰੇ ਹਵਨ ਚੱਲਦਾ ਹੁੰਦਾ ਨਾ ਸਕੂਲਾਂ 'ਚ, ਹਵਨ ਦੋ ਨੇ, ਹਾਂ ਹੁਣੇ ਹੈ ਪੰਜਾਬ ਦੇ ਵਿੱਚ ਸਾਰੇ 'ਚ ਹੀ ਹੈਗੇ ਹੈ, ਉੱਥੇ ਹਵਨ ਕਰਾਈ ਜਾਂਦੇ ਸਾਡੇ ਜਵਾਕਾਂ ਨੂੰ। ਅਸੀਂ ਸਰਸੇ ਜਾ ਕੇ ਆਏ, ਮੈਂ ਪੁੱਛਿਆ ਉਹਨਾਂ ਸਰਸੇ ਵਾਲਿਆਂ ਨੂੰ, ਪੰਜਾਬੀਆਂ ਨੂੰ, ਵੀ ਤੁਹਾਡੇ ਪੰਜਾਬੀ ਜ਼ਬਾਨ ਦੇ ਕੀ ਹਾਲਾਤ ਹੈ? ਕਹਿੰਦੇ ਬਾਈ ਸਾਡੇ 6ਵੀਂ ਤੋਂ ਸ਼ੁਰੂ ਹੁੰਦੀ ਹੈ ਪੰਜਾਬੀ ਸਰਕਾਰੀ ਸਕੂਲਾਂ 'ਚ, ਅਤੇ ਅੰਗਰੇਜ਼ੀ 'ਚ ਪੜ੍ਹਾਉਂਦੇ ਨਹੀਂ ਹੈ। ਹੁਣ ਜਿਹੜਾ CBSE ਬੋਰਡ ਹੈ, NCERT ਦੀਆਂ ਕਿਤਾਬਾਂ ਲੱਗਦੀਆਂ ਨੇ, ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਸਾਡਾ ਇਤਿਹਾਸ ਤੋੜ ਮਰੋੜ ਕੇ ਸਾਨੂੰ ਸਾਡੇ ਜਵਾਕਾਂ ਨੂੰ ਪੜ੍ਹਾ ਰਹੇ ਨੇ। ਪੰਜਵੇਂ ਪਾਤਸ਼ਾਹੀ ਕਹਿੰਦੇ ਜੀ ਖੁਦਕੁਸ਼ੀ ਕਰ ਗਏ ਸੀ, 6ਵੇਂ ਪਾਤਸ਼ਾਹੀ ਦਾ ਜੀ ਦਿਮਾਗ ਖਿੱਲ ਗਿਆ ਸੀ, 10ਵੇਂ ਪਾਤਸ਼ਾਹੀ ਦਾ ਕਹਿੰਦੇ ਜੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜੇ ਹੋ ਗਏ ਸੀ। ਸਾਡੇ ਜਵਾਕਾਂ ਨੂੰ ਇਹ ਪੜ੍ਹਾਇਆ ਜਾ ਰਿਹਾ, ਅਸੀਂ ਬਚਾਂਗੇ ਕਿਵੇਂ? ਕੋਈ ਰਾਹ ਲੱਭਦਾ ਸਾਨੂੰ ਦਿਖਦਾ ਵੀ ਅਸੀਂ ਬਚ ਜਾਂਗੇ? ਦੂਜੇ ਪਾਸਿਓਂ ਚਿੱਟੀ ਸਿਉਂ ਖਾ ਗਈ ਸਾਨੂੰ, ਸਾਡੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ। ਚਮਕੌਰ ਦੀ ਕੱਚੀ ਗੜੀ ਦੇਖ ਲਓ, ਸਰਹੰਦ ਦੀ ਦੀਵਾਰ ਦੇਖ ਲਓ, ਅਨੰਦਪੁਰ ਸਾਹਿਬ ਦੇ ਕਿਲੇ ਦੇਖ ਲਓ, ਅਬੁੰਗੇ ਦੇਖ ਲਓ, ਆ ਜਿੰਨੀਆਂ ਸਾਡੀਆਂ ਦਰਸ਼ਨੀ ਡਿਉੜੀਆਂ ਸੀ ਉਹ ਦੇਖ ਲਓ, ਕੋਈ ਬਚੀ ਹੈ? ਜਦੋਂ ਆਉਣ ਵਾਲੇ 100 ਸਾਲ ਨੂੰ ਇੱਥੇ ਕੋਈ ਮੇਰੇ ਵਰਗਾ ਖੜ੍ਹ ਕੇ ਬੋਲਦਾ ਹੋਊਗਾ ਕਿ ਚਲੋ ਮੈਂ ਤੁਹਾਨੂੰ ਦਿਖਾਵਾਂ ਸਾਡਾ ਸਰਹੰਦ ਦੀ ਦੀਵਾਰ ਬੋਲਦੀ ਹੈ, ਸਾਡੀਆਂ ਕੁਰਬਾਨੀਆਂ, ਅਨੰਦਪੁਰ ਸਾਹਿਬ ਦੇ ਕਿਲੇ ਬੋਲਦੇ ਨੇ, ਚਮਕੌਰ ਦੀ ਕੱਚੀ ਗੜੀ ਬੋਲਦੀ ਹੈ, ਤਾਂ ਮੈਨੂੰ ਉਦੋਂ ਦੱਸੋ ਕਿ ਉੱਧਰੋਂ ਕਿਤਾਬਾਂ ਦੇ ਵਿੱਚ ਕੁਛ ਹੋਰ ਗੜਬੜ ਕੀਤੀ ਪਈ ਹੋਣੀ ਹੈ। ਤਾਂ ਸਾਡੇ ਜਵਾਕ ਨੇ ਕਹਿਣਾ ਠੀਕ ਆ ਬਾਪੂ ਮੈਂ ਜਾ ਕੇ ਦੇਖ ਕੇ ਆਉਣਾ, ਪਰ ਕਿਤਾਬ ਤਾਂ ਇੱਥੇ ਹੋਰ ਬੋਲਦੀ ਹੈ, ਅਤੇ ਉੱਥੇ ਵੀ ਗੁਰਦੁਆਰਾ ਬਣਾਇਆ ਪਿਆ ਹੋਣਾ, ਅਤੇ ਜਵਾਕ ਨੇ ਮੰਨਣਾ ਨਹੀਂ ਸਾਡੇ ਨੇ ਵੀ ਤੂੰ ਬਾਪੂ ਝੂਠ ਬੋਲਦਾ, ਕਿਤਾਬ ਸਹੀ ਬੋਲਦੀ ਹੈ, ਜਿਹੜੀਆਂ ਕਿਤਾਬਾਂ 'ਚ ਇਹ ਗੜਬੜਾਂ ਕਰ ਰਹੇ ਨੇ, ਕਿ ਉੱਥੇ ਤਾਂ ਜਿਹੋ ਜਿਹਾ ਗੁਰਦੁਆਰਾ ਸਾਡੇ ਪਿੰਡ ਅਤੇ ਉਹੋ ਜਿਹਾ ਗੁਰਦੁਆਰਾ ਉੱਥੇ। ਕਿੰਨੇ ਕੁ ਬੰਦੇ ਆ ਅਸੀਂ ਜਿਹੜੇ ਮੈਨੂੰ ਐਂ ਦੱਸਿਓ ਹੱਥ ਖੜ੍ਹੇ ਕਰ ਦਿਓ, ਇਸ ਸਮੇਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ, ਕਿੰਨੇ ਬੁੰਗੇ ਆ ਬਈ ਉੱਥੇ, ਹੁਣ ਮੌਜੂਦਾ ਬੁੰਗੇ ਕਿੰਨੇ ਆ? ਹੈਂ, ਸਾਰੇ ਨਹੀਂ ਹੈਗੇ, ਸਾਰੇ ਹੱਸਣ ਵਾਲੀ ਗੱਲ ਨਹੀਂ, ਸਾਰੇ ਨਹੀਂ ਹੈਗੇ, ਦੋ ਬੁੰਗੇ ਰਹਿ ਗਏ।
दोहरेगी ना जाने मत्था टेकन तक ही सीमत अखा मीच के बड़ी शांति आई जी उत्थे टेक के 100 रुपया मत्था कोई मंग मंग लें बाबा कनेडा बगज गए वाहेगुरु साड़ी कुड़ी का विआह हो जाए चंगे थां साड़ियां आही मंगा ने असी कदे ये नज़र मार के देखिया कि साडा किवें सारा कुछ इन्होंने निस्त नबूत करता खत्म करता सानू थां थां तों आ बाजा खाने मेरा नेड़े पिंड है कोई गुटके देखे गया सी गुरद्वारे दे विच गुरबाणी बदली पई है असी किन्ने क जागे होए हैं यार किहड़ा बंदा इन्हां गल्लां दा ख्याल रखदा पर साडा कोई राह दस दो मैनू भी आह राह असी पै के असी बच जाएंगे असी तो अज साडी नौजवानी दी सोच है कनेडा जाना है अमरीका जाना है छेती छेती भजो छड़ के भज रहे हैं पंजाब नूं इस तों जां वड्डियां वड्डियां गड्डियां लैणियां ने जिवें भाई कनवर ने कहा वड्डियां कोठियां पाउणियां ने हुण इत्थे आउण दा फायदा तुसीं रात नूं खड़े हो 8:30 का टाइम हो गया असीं वी ओह 300 मील तों आए हैं तड़के दे कई थाईं बोर के फिर तुहाडे कोल आए हैं वापस पिंड भी जाना 2-3 बजणे हैं असीं क्यों बोलदे फिरदे हैं कल नूं अमृतसर जाना परसों जलालाबाद जाना अहीं तुरे फिरदे हैं असीं कहड़ा इत्थे आ के मोहाली च वोटां च खड़े होणा असीं क्यों कूकदे फिरदे हाँ कि सभ्यता ने मर जाना इस विरासत ने मर जाना यह बहुत महान है ये खून डुल्लिया सिर लगे ने यह सभ्यतावां ऐ नहीं बन जांदियां कि 2-4 साल की खेड है सदियां लगदियां ने सैकड़े साल लगते हैं बहुत घालना घालनी पैंदी है बड़े त्याग करने पैंदे ने बड़ियां कुर्बानियां करनियां पैंदियां ने तां जाके कौमां दा वजूद खड़ा हुंदा तां कौमां पैदा हुंदियां ने अगला लगातार लग्या होया लगातार लग्या होया ते ओ मैनूं गल दसी मैं जिहड़ी गल दसदा सीगा यूनिवर्सिटी वाली कि ओ मंत्री मैनूं कहण लग्या कहिंदा यार मेरे कोल ना इक बेनू प्रसाद आ जिहड़ा बिजली बोर्ड का चेयरमैन आ शायद पाई डायरैक्टर है कौन है कहिंदा ओ आ के दसण लग्या कि एड्डी बुरी नज़र है इस समय RSS BJP की बहुत बुरी मिथी बैठे आ साडे पंजाब दे खिलाफ साडे खिलाफ ओ कहिंदा देखोगे आने वाले समय दे विच इह अपने नाल की करदे आ और देख लो तुसीं कश्मीर दे हालात देख लो 1.5 साल हो गया बेचारियां नूं ताड़िया होया नूं अंदर आ कल माड़े जिहे निकले सी विरोध करन लगे सी इन्हां ने जदों अपना कानून इक होर बनाया कि कोई भी बंदा जम्मू कश्मीर जमीन खरीद सकदा जाके फिर डक के फड़ के अंदर डक दित्ते गए आ UP की मैं हुणी खबर पढ़दा आउंदा सीगा एक मुसलमान दाढ़ी रखी हुई सी पुलिस दे सीगा इस करके कटता भी तू दाढ़ी क्यों रखी है वो दाढ़ी अज नवीं खबर लगी अज उन्हें दाढ़ी कटा ली उन्हें दोबारे फिर रख लिया गया साढ़े नाल ही होना है असीं सुनते आए हैं ना कि औरंगजेब सवा सवा मन जनेऊ लहा के फिर रोटी खाता सी साढ़े नाल आ उही वर्तारा होना किन्ने क तैयार हाँ उस लड़ाई लिए दस दौ मैनू साढ़े तो हालात बड़े बड़े माड़े हालात ने साडे असीं सिर्फ तो सिर्फ अज जिहड़ी मैं बेशक पूर्ण तौर पर गुरसिख नहीं है पर वह दर्द जज्बा हैगा अंदर कि जिहड़ी जिहड़े खातर साढ़े खोपड़ियां तक लहा लिया बंद बंद कटवा लिया वो सिक्खी की खातर अज मैनू यह लगता कि यार जे अज कदे मोदी कह दे ना भी थोड़े सारे कर्जे माफ़ है तो थोड़ा आह जिहड़ा कानून भी असीं खत्म कर दें रद्द कर दें तो मैं शर्त करदा 2022 दे सारे दे सारे जे MLA ही ना जिता देता यह साडी बदकिस्मती है क्यों क्योंकि सानू यह पता कि बादलों ने किड्डा वड्डा घाण किया पंथ का भी कौम का भी पंजाब का भी आ कैप्टन ने की कुछ किया असी उ लोग हाँ अज भी धड़ां च फसे हुए हैं अज भी असी बादलों नाल असी कांग्रसियों नाल एक फीसदी आबादी मैं देखदा कि 1% आबादी है जिहड़ी वह पूरे पंजाब दे विचों हले बाहर आई है 99% आबादी हले उत्थी बैठी है उन्हां बादलों ना ते उन्हां कैप्टनां दे नाल ते असी किवें बचांगे यार हुण अगली गल आपां कर लैंदे हां ये भी एक समाजिक जी गल मैं लुधियाणे बोल के आया मैं भी लुधियाने वाले ऐं दस्यो थोड़े एक बड़ी खुशी जी मैनूं महसूस होई इधर आके पता नहीं इधर सरहंद रहे नेड़े करके थोड़े वधिया एक पग्गां बड़ियां मुंडियां दे सिरां दे उत्ते दस्तारां सजाईयां होईयां ने चंगी गल आ इधर नूं मैनूं जा आया जे लग्गिया जिवें माझे वाले पासे फिरदे हुंदे आ के तां मेरा उत्थे एक सवाल सी उहनां लोकां दे अगे कि यार तुसीं किन्ने क बंदे हो जिहड़े कि डेरे ते नहीं जांदे कि साधू आ जिहड़े तुरे फिरदे आ साह तुरे फिरदे आ लाणा तुरे फिरदा है धागे तवीतां वाले तुरे फिरदे आ पुछा पाछा वाले तुरे फिरदे आ किन्ने क बंदे जिहड़े जांदे नहीं साडे हालात बड़े इधरों भी माड़े है बड़ियां असीं पूजी जांदे आ
ਡੇਰਿਆਂ 'ਚ ਅਸੀਂ ਤੁਰੇ ਫਿਰਦੇ ਹਾਂ, ਗਾਤਰੇ ਸਾਡੇ ਪਾਏ ਹੁੰਦੇ ਆ, ਤੜਕੇ ਗੁਰਦੁਆਰੇ ਜਾਂਦੇ ਹਾਂ, ਦੁਪਹਿਰੇ ਕਿਸੇ ਡੇਰੇ 'ਤੇ ਹੁੰਦੇ, ਹੱਥ ਨੇ ਕਿਸੇ ਜਗਰਾਤੇ 'ਤੇ ਬੈਠੇ ਹੁੰਦੇ ਹਾਂ। ਹੱਥ ਤੁਸੀਂ ਵੀ ਖੜ੍ਹੇ ਕਰਕੇ ਦੱਸਿਓ ਕਿੰਨੇ ਕੁ ਜਾਂਦੇ ਹੋ, ਜਾਂਦੇ ਹੋ? ਹੁਣ ਜਿਹੜੇ ਨਹੀਂ ਜਾਂਦੇ ਉਹ ਕਰ ਦਿਓ, ਦੇਖੋ ਦੇਖ ਜੇ ਕਰੀ ਜਾਂਦੇ ਲੱਗਦੇ ਯਾਰ ਹੈਂ। ਇਹ ਵੀ ਇੱਕ ਸਾਡਾ ਨਾ ਬਾਬਾਵਾਦ, ਜਿਹੜਾ ਡੇਰਾਵਾਦ ਪੈਦਾ ਹੋਇਆ, ਤੁਸੀਂ ਦੇਖੋ 90-92 ਤੋਂ ਬਾਅਦ ਪੈਦਾ ਹੋਇਆ ਡੇਰਾਵਾਦ, ਅਤੇ ਡੇਰੇਵਾਦ ਨੇ ਵੀ ਸਾਨੂੰ ਖਾਧਾ ਵੀ ਨਸਲ ਕੁਛ ਹੀ ਆ ਸਾਡੀ। ਇੱਧਰ ਨੂੰ ਸਾਡੇ ਲੋਕ ਉਲਝ ਗਏ, ਉਹ ਕੋਈ ਭਨੈਰੇ ਦੇ ਤੁਰਿਆ ਫਿਰਦਾ, ਕੋਈ ਸਰਸ ਵਾਲੇ ਕੋਲ, ਕੋਈ ਨੂਰ ਮਹਿਲੀਏ ਕੋਲ, ਕੋਈ ਕਿਸੇ ਕੋਲ, ਕੋਈ ਕਿਸੇ ਕੋਲ। ਸੋ ਭਰਾਵੋ, ਵਾਰ ਵਾਰ ਉਹੀ ਗੱਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾਂਗੇ, ਗੱਲ ਲੱਗਾਂਗੇ ਤਾਂ ਵੱਜਾਂਗੇ। ਸਾਨੂੰ ਸੇਧ ਉੱਥੋਂ ਹੀ ਲੈ ਕੇ ਲੜਨਾ ਪੈਣਾ, ਜੇ ਲੜੂਗੀ ਕੌਮ ਤਾਂ ਉੱਥੋਂ ਸੇਧ ਲੈ ਕੇ ਲੜੂਗੀ। ਅਤੇ ਦੂਜੀ ਗੱਲ ਆਪਾਂ ਹੋਰ ਕਰ ਲੈਂਦੇ ਹਾਂ ਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਨੌਕਰੀਆਂ ਦੀ ਗੱਲ ਆਪਾਂ ਕਰਦੇ ਹਾਂ, ਪੜ੍ਹੇ ਲਿਖੇ ਮੁੰਡੇ ਖੜ੍ਹੇ ਹੈ, ਦੇਖੋ ਤੁਸੀਂ ਸਾਡੇ ਨਾਲ ਕਿੱਡਾ ਧੱਕਾ, ਜਿਹੜਾ ਪੰਜਾਬ ਨਾਲ ਅੱਜ ਦਾ ਨਹੀਂ ਲਗਾਤਾਰ ਹੁੰਦਾ ਤੁਰਿਆ ਆਇਆ ਯਾਰ। 47 ਤੋਂ ਲੈ ਕੇ ਤੁਸੀਂ ਦੇਖੋ ਪੰਜਾਬ ਵੰਡਿਆ ਗਿਆ, ਇਸ ਭਾਰਤ ਦਾ ਹੋਰ ਕੋਈ ਸੂਬਾ ਵੰਡਿਆ ਗਿਆ, ਬੰਗਾਲ ਵੰਡਿਆ ਗਿਆ ਜਾਂ ਪੰਜਾਬ ਵੰਡਿਆ ਗਿਆ? ਸਾਡੀ ਧਰਤੀ ਵੰਡਤੀ, ਸਾਡੇ ਪਾਣੀ ਵੰਡਤੇ, ਸਾਡੀ ਵਿਰਾਸਤ ਵੰਡਤੀ, ਸਾਡਾ ਭਾਈਚਾਰਾ ਵੰਡਤਾ, ਸਾਡੀ ਬੋਲੀ ਵੰਡਤੀ, 10 ਲੱਖ ਬੰਦੇ ਦਾ ਕਤਲ ਹੋਇਆ, ਇੱਜ਼ਤਾਂ ਲੁੱਟੀਆਂ ਗਈਆਂ, ਉੱਜੜਨਾ ਪਿਆ। ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਜਾੜਾ ਹੋਇਆ ਇਤਿਹਾਸ ਦੇ ਵਿੱਚ, ਉਹ 47 'ਚ ਹੋਇਆ। ਅਗਲੇ ਸਾਡੇ ਨਾ ਉਦੋਂ ਤੋਂ ਚੱਲ ਰਹੇ ਨੇ, ਇਹ ਨਵਾਂ ਨਹੀਂ ਵਰਤਾਰਾ। ਪਰ 66 'ਚ ਆ ਜਾਓ, ਆਹ ਲੰਗੜਾ ਸੂਬਾ ਸਾਨੂੰ ਦੇ ਦਿੱਤਾ ਗਿਆ, ਪੰਜਾਬੀ ਬੋਲਦੇ ਸਾਡੇ ਕੋਲੋਂ ਖੋਹ ਲਏ ਗਏ ਇਲਾਕੇ, ਉਹ ਰਾਜਸਥਾਨ ਨੂੰ ਦੇ ਦਿੱਤੇ ਗਏ, ਹਿਮਾਚਲ ਨੂੰ ਦੇ ਦਿੱਤੇ ਗਏ, ਹਰਿਆਣਾ ਹੱਥ ਪਾਸੇ ਕਰ ਦਿੱਤਾ ਗਿਆ, ਪਾਣੀ ਸਾਡੇ ਖੋਹ ਲਏ ਗਏ, ਬੋਲੀਆਂ ਸਾਡੀਆਂ ਮਾਰੀ ਜਾਂਦੇ ਨੇ, ਜੰਮੂ 'ਚੋਂ ਖਤਮ ਕਰਤੀ, ਰਾਜਸਥਾਨ 'ਚੋਂ ਖਤਮ ਕਰਤੀ, ਹਰਿਆਣੇ 'ਚੋਂ ਖਤਮ ਕਰਤੀ, ਆਹ ਚੰਡੀਗੜ੍ਹ 'ਚੋਂ ਖਤਮ। ਜਮੇ ਤੁਸੀਂ ਦੇਖ ਲਓ, ਚੰਡੀਗੜ੍ਹ ਲੱਗਦਾ ਪੰਜਾਬ ਦਾ ਹਿੱਸਾ ਹੁੰਦਾ? ਕਿਸੇ ਬੋਰਡ 'ਚ ਕੋਈ ਕਿਸੇ ਦਫ਼ਤਰ ਚਲੇ ਜਾਓ, ਉੱਥੇ ਪੰਜਾਬੀ ਦੀ ਕੋਈ ਗੱਲਬਾਤ ਨਹੀਂ, ਕਿਸੇ ਬੋਰਡਾਂ 'ਚ ਦੇਖ ਲਓ, ਉੱਥੇ ਕਦੇ ਪੰਜਾਬੀ ਦੀ ਗੱਲਬਾਤ ਨਹੀਂ। ਫਿਰ ਉਦੋਂ ਬਾਅਦ ਤੁਸੀਂ ਆ ਜਾਓ ਅੱਗੇ, ਆਪਾਂ ਭੁੱਲਦੇ ਬਹੁਤ ਛੇਤੀ ਹਾਂ। ਪਹਿਲਾਂ ਰਪਿੰਦਰ ਨੇ ਬੋਲਿਆ ਕਿ ਬਹੁਤ ਛੇਤੀ ਭੁੱਲ ਜਾਂਦੇ ਹਾਂ ਚੀਜ਼ਾਂ, ਅਸੀਂ ਕੀ ਸਾਡੇ ਨਾਲ ਹੋਇਆ। ਫਿਰ ਜਾ ਕੇ 80-84 ਦਾ ਦੌਰ ਆਉਂਦਾ, ਸਾਡੇ ਨੌਜਵਾਨ ਮੁੰਡਿਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਜਾਂਦੇ ਨੇ, ਕੋਈ ਮੋਟਰ 'ਤੇ ਪਾਣੀ ਲਾਉਣ ਗਿਆ ਹੁੰਦਾ, ਕੋਈ ਰਾਹ ਖੜ੍ਹੇ ਤੁਰਿਆ ਜਾਂਦਾ ਵੀ ਇਹਦੇ 'ਚ ਪੱਗ ਬੰਨ੍ਹੀ ਹੋਈ ਹੈ, ਇਹਦੇ ਕੇਸ ਰੱਖੇ ਹੋਏ ਨੇ, ਚੱਕ ਕੇ ਮੁਕਾਬਲਾ ਬਣਾ ਕੇ ਕੋਈ ਡਰੈਨ ਸਿੱਟਤਾ, ਕੋਈ ਨਹਿਰ 'ਚ ਤਾਰਤਾ। ਅੱਜ 40-40 ਸਾਲ ਹੋ ਗਏ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ, ਜੇਲ੍ਹਾਂ 'ਚ ਬੈਠਿਆਂ ਨੂੰ, ਜਿਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਸਾਡੀ ਕੌਮ ਦੀ ਖਾਤਰ ਆਪਣੇ ਘਰ ਤਬਾਹ ਕਰ ਲਏ, ਕੋਈ ਛੁੱਟੀ ਨਹੀਂ, ਰਿਹਾਈ ਤਾਂ ਦੂਰ ਦੀ ਗੱਲ ਹੈ। ਇਹਨਾਂ ਦੇ ਬੰਦੇ ਬਲਾਤਕਾਰ ਕਰਕੇ ਵੀ ਬਾਹਰ ਆ ਜਾਂਦੇ 2-2-3 ਮਹੀਨਿਆਂ ਦੇ ਵਿੱਚ, ਕਿੱਥੇ ਨਹੀਂ ਧੱਕਾ ਹੋਇਆ। ਹੁਸ਼ਿਆਰਪੁਰ ਦੀ ਅਦਾਲਤ ਨੇ 2018 ਦੇ ਵਿੱਚ 3 ਮੁੰਡਿਆਂ ਨੂੰ ਇਸ ਕਰਕੇ ਉਮਰ ਕੈਦ ਸੁਣਾਈ ਹੈ ਕਿ ਉਹਨਾਂ ਕੋਲ ਸਿੱਖ ਲਿਟਰੇਚਰ ਦੀਆਂ ਕਿਤਾਬਾਂ, ਸਿੱਖ ਸਾਹਿਤ ਦੀਆਂ ਕਿਤਾਬਾਂ ਮਿਲੀਆਂ ਨੇ। ਕੀ ਕਿਤਾਬਾਂ ਰੱਖਣਾ ਜੁਰਮ? ਇਹ ਡੈਮੋਕ੍ਰੇਸੀ ਹੈ, ਲੋਕਤੰਤਰ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਮੁਲਕ ਦੇ ਵਿੱਚ ਕਿਤਾਬਾਂ ਰੱਖਣ 'ਤੇ ਵੀ ਉਮਰ ਕੈਦਾਂ ਹੁੰਦੀਆਂ ਹੋਣ ਯਾਰ। ਇਹ ਵੇਸਲੀਆਂ ਕੌਮਾਂ ਨੇ ਜਿਹੜੀਆਂ, ਜਾਂ ਨਿਖਿਧਪੁਣਾ ਮੈਂ ਕਹੂੰਗਾ ਕੌਮਾਂ ਦਾ, ਕਿ ਅਸੀਂ ਬੋਲਦੇ ਬਾਲਦੇ ਬਹੁਤ ਘੱਟ ਆ। ਅਸੀਂ ਸੋਚਦੇ ਹੋਣਾ ਛੱਡ ਪਰੇ ਯਾਰ, ਉੱਥੇ ਹੋਇਆ ਮੈਂ ਕੀ ਲੈਣਾ, ਆਪਾਂ ਨੂੰ ਕੀ ਆ, ਜਾਂ ਉਹਦੇ ਗਵਾਂਢੀ ਨਾਲ ਹੋਇਆ ਮੈਂ ਕੀ ਲੈਣਾ। ਜੇ ਅੱਗ ਗਵਾਂਢੀਆਂ ਦੇ ਲੱਗੂਗੀ, ਸਿੱਖ ਸਾਡੇ ਤੱਕ ਵੀ ਪਹੁੰਚਣਾ, ਇਹ ਭੁੱਲ ਜਾਓ, ਅਸੀਂ ਬਚ ਜਾਂਗੇ, ਇਹ ਭੁਲੇਖਾ ਕੱਢ ਦਿਓ। ਆ ਦੇਖੋ ਤੁਸੀਂ ਆ ਭਾਗਵਤ, ਜਿਹੜਾ ਇੱਥੇ ਕੋਈ ਸਾਡਾ ਬੰਦਾ, ਕੋਈ ਨੌਜਵਾਨ ਨਾਰਾ ਮਾਰਦੇ ਨਾ, ਅਤੇ ਇਹ ਜੀ ਖਾਲਿਸਤਾਨੀ ਆ ਗਏ ਜੀ, ਇਹ ਅੱਤਵਾਦੀ ਆ ਗਏ ਜੀ, ਇਹ ਵੱਖਵਾਦੀ ਆ ਗਏ ਜੀ, ਦੇਸ਼ ਤੋੜਨਗੇ ਜੀ, ਆਹੀ ਮੀਡੀਆ ਇਹਨਾਂ ਦਾ ਨੈਸ਼ਨਲ ਮੀਡੀਆ ਕਿਵੇਂ ਖਬਰਾਂ ਚਲਾਉਂਦਾ ਹੁੰਦਾ। ਭਾਗਵਤ ਨੇ ਦੁਸਹਿਰੇ ਵਾਲੇ ਦਿਨ ਨਾਗਪੁਰ ਝੰਡਾ ਚੜ੍ਹਾਇਆ ਆਪਦਾ, ਸ਼ਰੇਆਮ ਐਲਾਨ ਕੀਤਾ ਵੀ 135 ਕਰੋੜ ਇਸ ਮੁਲਕ 'ਚ ਵਸਣ ਵਾਲੇ ਲੋਕ ਹਿੰਦੂ ਨੇ, ਅਤੇ ਹਿੰਦੂ ਰਾਸ਼ਟਰ ਹੈ। ਉਹਦੇ ਖਿਲਾਫ਼ ਕਿਹੜਾ ਦੇਸ਼ ਧਰੋਹ ਲੱਗਿਆ, ਕਿਹੜਾ ਪਰਚਾ ਦਰਜ ਹੋਇਆ? ਅਗਲਾ ਮਿੱਥੀ ਬੈਠਾ ਸਾਰੀਆਂ ਗੱਲਾਂ ਬਾਤਾਂ, ਵੀ ਪੂਰੇ ਮੁਲਕ ਨੂੰ ਉਹਨਾਂ ਨੇ RSS ਨੇ ਆਪਣਾ 100ਵੀਂ ਵਰ੍ਹੇਗੰਢ ਮਨਾਉਣੀ ਹੈ 2025 ਦੇ ਵਿੱਚ, ਅਤੇ 100 ਸਾਲ 'ਚੋਂ ਕਹਿੰਦੇ ਵੀ ਅਸੀਂ ਦੇਸ਼ ਨੂੰ ਹਿੰਦੂ ਦੇਸ਼ ਬਣਾ ਦੇਣਾ, ਬਣਾਈ ਵੀ ਬੈਠੇ ਨੇ। ਆ ਸਾਡੇ RSS ਸਾਡੇ ਸਿੱਧੇ ਨਹੀਂ ਅਸਿੱਧੇ ਬਾਦਲਾਂ ਦੇ ਰਾਹੀਂ ਸਾਡੇ ਧਾਰਮਿਕ ਸਥਾਨਾਂ 'ਤੇ ਕਬਜ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ?
आर एस दे गुंडे ने जिहड़े साडे उत्थे बैठे सिंघां नूं कुटदे ने लत्तां बाहां तोड़ियां जिहड़े 328 सरूप गायब होए उन्हां दा अज इंसाफ मंगण लई जिहड़े उत्थे जथेबंदियां वाले बैठे सी सिख बैठे सी लत्तां बाहां तोड़ियां गईआं उत्थे औरतां दे मतलब के बुरे अपशब्द बोले गए जलील किया गया औरतों नूं भी उत्थे कौन लोग ने असी असी फिर भी उन्हां नाल आए यार असी कित्थों चाहुंदे आ कि साडा भला हो जूगा शरेआम सानूं पता लोगों पर छोटिया छोटिया गरजां कि यार मैं आ काम लैना है तो मैं आ काम लैना माड़िया मोटिया गरजां जां पिंडां दे धड़े ने जे साडा एक माड़ी मोटी किसे नाल बनदी नहीं है वो कांग्रसी है तो असी दूजे पासे हाँ लंबी सोच दूरदेशी दी सोच करे सोचे नहीं ये गल तां कि यार साडे नाल की इन्हां लोकां ने करना है। अज भी तुसीं देख लो आ जिन्नियां फैक्ट्रियां कारखाने लगे ने पंजाब दी धरती साडियां जमीनां रोकियां गईआं साडे पाणी इह पलीत करी जांदे हेठां गंदा पाणी सिट सिट के साडियां हवावां दूषित करतीआं नौकरी किन्हां नूं यूपी दे नूं गुजरात दे नूं बंगाल दे नूं बिहार दे नूं सरकारी नौकरियां दे विचों आपां खत्म कर दित्ते गए आ पंजाब खेतीबाड़ी यूनिवर्सिटी ने हुण नवीआं पोस्टां कढ़ियां ने साडा एक भी पंजाबी नहीं रख्या आ बिजली बोर्ड ने 500 SDO रख्या सीगा 400 बाहरला 100 साडा पंजाबी है। उह सरदार कपूर सिंह ने गल कही सी इक कि जे आही कुछ कौम आई सुती रही ना तो असी इन्हां दीआं गड्डियां दे ड्राइवर होया करांगे ड्राइवर अज उह समां आ गया अज असी इन्हां लोकां दीआं गड्डियां दे ड्राइवर इन्हां दीआं गड्डियां दे सीसे साफ करदे आ इन्हां दे वड्डे वड्डे होटलां दे वड्डियां वड्डियां दुकानां दे मूहरे खड़ के चौकीदार बण खड़े हुंदे गेट खोलदे हुंदे आ खड़े आ कि नहीं दिखदे हुंदे तुहानूं भी सानूं दोहरी मार पई साडा निखिद्धपणा निकम्मापण अवेसलापण ते साडे आगू जिहड़े जदों भी लगे जिन्ने भी अगे आए वह सारिआं ने साडे नाल गदारी कीती पिट छुरा मारिआ साडे इतों सुनोगे जाओगे फिर अपने कमों का कमां कारा से लग जाएंगे कोई गल नहीं यार गल्लां तां ठीक ने ठीक है कोई गल नहीं देखते अगे की बनता पर इहदी अमल कदों करोगे अमला बिना नबेड़े नहीं होने ये लड़ना पैना ये बादलों का कैप्टन का पंजाब नहीं है ये समझना पैना पंजाब मेरा है ये मैं लड़ूंगा मैं मरूंगा लगता कुछ तुहानू इस तरह का अंदरों कुछ होंदा कि नहीं होंदा हुण दूजी गल सुन लो सिख नू सिख ने मारिया जे 80-90 दे दौर की आपां गल करदे हां खाड़कू भी सिख सी पुलिस वाले भी सिख सी मारिया कि नहीं मारिया अज भी समा यही आऊ तुसीं देख लिओ जे कोई इस तरह के हालात बनते ने इधर भी लड़न वाले सिख होणगे मूहरे रोकण वाले ते टकराउण वाले भी सिख होणगे सानू आपदिया हाथों आपदिया नूं मरवाया इन्हां लोकां ने गुलामां नाल ही हुंदा गल्लां बथेरियां ने जाना भी दूर है तड़के दों भी थके पए आ तुसीं भी घरों घर ही जाना होना तो बस अखीर दे उत्ते ही बेनती करदा कि एक तां 5 तरीक नूं पंजाब बंद का सद्दा हैगा सारिया जथेबंदियों वालों उन्होंने पूर्ण तौर पर आप पाबंद करिए बंद करिए 26-27 नवंबर में दिल्ली जाने का प्रोग्राम है उद्दे ना फिर ऐ हो जाए भी यार छड्ड उत्थे की करांगे रहण दे यार अपने दा बहुत बाग गए उद्दे दा फिर जिन्ने थोड़े सज्जन मित्र ने रिश्तेदार ने पिंडां वाले सारिआं नूं सुनेहे ला दो भी सारिआं ने जाना भाई चलोंगे सड़कां उत्ते पंजाब दीआं भरियां दिखणियां चाहीदियां ने जिन्नियां भी दिल्ली वल नूं जांदियां ने लखां दी गिणती दे विच जदों पंजाब उठ के दिल्ली वल तुरूगा तां दिल्ली नूं वक्त पैणा जाके लड़ाई भरावो आखरी है वार वार आपां क्यों गल करदे आं कि साडी वजूद दी लड़ाई है साडी होंद दी लड़ाई है ये लड़ाई कल्ली आर्थिकता नाल नहीं जुड़ी हुई कल्ले खेती दे कानूनां नाल नहीं जुड़ी हुई लड़ाई ये लड़ाई साडे वजूद दी है अगला साडे वजूद नूं खा जाणा चाहुंदा खत्म कर देना चाहुंदा वो जिहड़ी साडी विलक्षणता की गल असीं करदे आ वो जिहड़ी विचारधारा साडी गुरु ग्रंथ साहिब का फलसफा जिहड़ा उहदी गल करदे आ वो अगले नूं चुभदी और रड़कदी है अगला उहनूं खत्म करना चाहुंदा दूजी गल एक होर देख लो
अज कल नवा किरण ने ड्रामा खेडना शुरू करता कि जी असी दलितां दे नाल आ, असी इन्हां दा जिहड़ा विजय सांपला है जां होर जिहने तरन चुग करके आ जां होर ने लीडर है वी असी दलितां दे हक च रैलियां कढ रहे हां जी। फतेहगढ़ साहब तो आ रहे ने, जलंधर तो आ रहे ने चंडीगढ़ वल नूं। हुण तुसी इह देखो जिहड़ा सब तो वड्डा दुश्मन होवे दलितां दा उह इह दलितां दा हामी बणिया बैठा है। दो गल्लां मैं कहूँगा, एक तां भारती लोग नीच किवें बणे, एक किताब है प्रोफेसर गुरनाम सिंह दी, इहदे विच सारा कुछ दस्सिया होया कि भारती लोग नीच किवें बणे, वह सारा मनुवाद मनु सिमरती वह सारा कुछ दस्सिया होया, लैके जरूर पढ़ियो। पढ़ोगे कि नहीं? भारती लोग कुछ पढ़े होने, भारती लोग नीच किवें बणे, की आ वह मनुवाद, की चीज़ आ, पढ़ लिओ। तुहानूं सारा लंबा चौड़ा काम है, दसण बैठूंगा दो चार घंटे लग जाने। दूजा आनंदपुर साहब का मता जरूर पढ़ियो, किन्ने कहिंदे पढ़िया हुण तक? नौजवानों चो घट पढ़िया होना, नौजवानों आनंदपुर साहब का मता, वह 18 मते 18 मंगा केड़ियां ने, लैके जरूर पढ़ियो। वह मते नूं इस करके प्रचारिया गया कि सिखां दा मता जी, सिख अलहदगी की गल करते हैं, सिख अपनी खुदमुख्तियारी की गल करते हैं, वह आनंदपुर साहब के मते नूं जाण बुझ के एक धले नाल जोड़ दिता गया, एक तबके नाल जोड़ दिता गया, उन्हूं फिरकू बना दिता गया। हालांकि आनंदपुर साहब का मता यही गल्लां करता है, पंजाब के पाणियां की गल, पंजाबी बोली की गल, पंजाबी बोलते इलाकों की गल, चंडीगढ़ की गल, सूबों नूं वध अधिकारां की गल, फैडरल ढांचे की गल, कोई भी सूबा तय करेगा अपन फसलों के भा, ये उस मंग है। वह सारिया ही मंगा जिहड़ियां अज असीं लैके बैठे हाँ, वह 73-78 दे विच आईयां होईयां ने, पर जानबुझ के वह प्रचार आ गया, वह दूजे लोगों नूं साथों पासे कर दिता गया। वह जरूर पढ़ियो क्योंकि सानू भलाया भलाइया गई चीज़ा ये जानबुझ के साड़ी जवानी हुण माड़ी जी गल उभरन लगी है, उठन लगी आनंदपुर साहब के मते की। पहला असं कि जानते ही आनंदपुर साहब का मता है की आ, किसी का कुछ चेते नहीं सी साड़ी जवानी का। हुण गाउण वाले भरा ने बेचारे ये भी नाल तुरे फिरते हैं, कनबर है, हरफ है, यस हुंदा, रोज़ दिने भी रात नूं भी इकट्ठे हुंदे आ असीं, ये भी बेचारे उदण दी इक महीना हो गया लगातार अपने छड के प्रोग्राम ते इधर नाल तुरे फिरते हैं, पर साड़ी जिहड़ी जवानी कुछ गायकां गूकां मगर दूजा मगर भी तुरी फिरती रही है। सानू जाण बुझ के इधर नूं ध्यान साडा आउण ही नहीं दिता, साढ़े अगे परोसनी उह चीज़ां गईयां जिहड़ियां सानू इधर वल करे ध्यान ना आ जाए, अपने हक्कां वल अपनियां मंगां वल। आ चिट्टे ते लाया गया साड़ी जवानी नूं, ये भी नसलकुशी आ, ये साजिशां ने कि किवें किसी कौम नूं मारना, जाण बुझ के लाया गया। एक आम बरतारा नहीं हैगा चिट्टा भी कोई आम आ गया जी पीण लग गए, जाण बुझ के इहनूं पता है कि जवानी नूं किवें खुंडा करना है। हुण तुहाडे सामने मैं एक उदाहरण खड़ा, मैं 300 मील तो तड़के दा तुरिया होया तुहाडे कोल आया इत्थे मोहाली दे विच। तुसीं इह देखो कि जे मैं चिट्टा पीण वाला हुंदा मैं इत्थे आउंदा, मैं शीशियां पीना हुंदा, मैं टीके लाउणा हुंदा मैं इत्थे आउंदा, मैं देखणा सी यार मेरा चिट्टा मुक गया, कल दा जगाड़ किवें करना है, बेबे दे संदूक चों किवें पैसे कढ़ा, घरों कणक किवें बेचा, जे घरों दाने मुक गए राह जांदा राहगीर किवें लुट्टना है, ATM किवें भनना है, मेरी सोच उत्थे उलझ जानी सी। वह चाहते ने भी उहदी सोच नौजवान दी उत्थे उलझा दिओ, ये अपने हक्कां प्रति जागरूक होण ही ना, तां जाण बुझ के चिट्टा लिआंदा गया। एक जवानी साडी इन्हां ने उस समें च मारी गोलियां दे नाल मुकाबले बना बना, अगली जवानी साड़ी चिट्टे दे मारी इन्हां ने ला के, आ अगली हुण जिहड़ी नवीं पीढ़ी है इत्थे बेरोजगारी पैदा कर करके इत्थे कहिंदे जी माहौल खराब हो गया, चिट्टा आ गया, आ हो गया, वह हो गया, दहशत दा माहौल पैदा करके डर खड़ा करके भाजो बाहर नूं कनेडा अमरीका नूं। आ लुधियाणे आए हैं, मैं उत्थे गल करदा सी, पिछे जे एक गीत आया सी लुधियाणे कि पुल आटो ते भइयां ने दब लिया लुधियाणा, नहीं आया सी ना, 18-20 लख भइया बैठा उत्थे, सारियां फैक्ट्रियां कारखानां 'च वड्डे वड्डे औरियां दे भइए बैठे ने, गंद पाता बुढ़ा दरिया सारा गंदा करता फैक्ट्रियां का, जिन्ना गंद मंद बुढ़े दरिया राही सतलुज पै रहा। मैं 2-3 साल पहला उत्थे आया, लोगों नाल लैके मैं कहा भाई आ जाओ आप रौला गौला पाईए, लोग उठन तैयार नहीं, पूरे पूरे पिंड जिहड़े बुढ़े दरिया के उत्ते जमा बैठे ने पूरे पूरे पिंड काले पीलिए के कैंसर नाल पीड़ित ने। पिछले साल रौला पाया असी 35 फैक्ट्रियां सील हो गई, किन्ने चिर लई 20-25 दिन लई फिर खोलतीयां, किन्ना दियां फैक्ट्रियां ने कारपोरेट घराणियां दियां तकड़े बंदियां दियां।
ਅਸੀਂ ਸੋਚਦੇ ਹੁੰਦੇ ਹਾਂ ਅਸੀਂ ਕੀ ਲੈਣਾ, ਸਾਨੂੰ ਕੀ ਆ। ਹੁਣ ਅਸੀਂ ਚਾਰ ਸਪੇਰੇ ਜਦੋਂ ਪੰਜਾਬ ਜਾਂਦੇ ਹਾਂ, ਸਾਡੀ ਪਹਿਲਾਂ ਨਿਗਾਹ ਹੁੰਦੀ ਆ ਬੋਰਡਾਂ 'ਤੇ ਵੀ ਅੰਗਰੇਜ਼ੀ ਕਿੱਥੇ ਲਿਖੀ ਆ, ਪੰਜਾਬੀ ਕਿੱਥੇ ਲਿਖੀ ਆ। ਦੂਜੀ ਸਾਡੀ ਨਿਗਾਹ ਹੁੰਦੀ ਆ ਵੀ ਕੋਈ ਬੰਦਾ ਰਾਹ 'ਚ ਕੋਈ ਕੱਸੀ ਸੂਆ ਲੰਘਦਾ, ਕੋਈ ਨਹਿਰ ਲੰਘਦੀ ਹੈ, ਕੋਈ ਦਰਿਆ ਲੰਘਦਾ, ਪਾਣੀ ਤਾਂ ਨਹੀਂ ਪਲੀਤ ਹੋ ਰਿਹਾ, ਧਰਤੀ ਹੇਠ ਤਾਂ ਨਹੀਂ ਕੋਈ ਪਾਣੀ ਪਾਈ ਜਾਂਦਾ ਜ਼ਹਿਰੀਲਾ। ਅਸੀਂ ਅੱਖਾਂ ਮੀਚ ਕੇ ਲੰਘੇ, ਸਾਡੇ ਉਹ ਖੋਪੇ ਨਹੀਂ ਹੈ, ਖੋਪੇ ਚੜ੍ਹਾਏ ਹੁੰਦੇ ਖੋਤੇ ਦੇ ਹੈ, ਸਿੱਧੂ ਹੀ ਨਿਗਾਹ ਇੱਕ ਪਾਸੇ, ਇੱਧਰ ਅਸੀਂ ਇੱਧਰ ਕੀ ਹੁੰਦਾ, ਇੱਧਰ ਕੀ ਹੁੰਦਾ, ਨਾ ਉਹ ਨਹੀਂ ਦੇਖਣਾ ਅਸੀਂ। ਆਹ ਤੀਜੀ ਅੱਖ ਖੋਲ੍ਹੋ ਯਾਰ ਇੱਥੋਂ, ਆਹ ਦੋ ਅੱਖਾਂ ਤਾਂ ਅਸੀਂ ਖੋਲ੍ਹ ਹੀ ਰੱਖੀਆਂ, ਆਹ ਦਿਮਾਗ ਵੀ ਖੋਲ੍ਹ ਕੇ ਰੱਖਿਆ ਕਰੋ, ਚੇਤਨ ਕਰੋ ਇਹਨੂੰ। ਇਹ ਨਾ ਸੋਚਿਆ ਕਰੋ ਕਿ ਫਲਾਨਾ ਆਊਗਾ ਜੀ ਉੱਥੋਂ, ਫਲਾਨਾ ਆਊਗਾ ਜੀ ਤਾਂ ਲੜਾਂਗੇ ਜੀ, ਤਾਂ ਕੁਛ ਕਰਾਂਗੇ। ਆਹ ਇੱਕ ਮੈਂ ਵੀਡੀਓ ਦੇਖਦਾ ਸੀ, ਇਹ ਇਕੱਲੇ ਮੁੰਡੇ ਨਹੀਂ ਮਤਲਬ ਇਕੱਲੇ ਜਵਾਨ ਨੇ ਉਹ ਟੋਲ ਰੋਕਤਾ ਸੀ। ਅਸੀਂ ਇਕੱਲੇ ਇਕੱਲੇ ਵੀ ਜੇ ਖੜ ਜਗੇ ਨਾ, ਸਾਡੇ ਕੋਲ ਸੱਚ ਹੋਵੇ, ਅਸੀਂ ਇਕੱਲੇ ਇਕੱਲੇ ਵੀ ਹਿਲਾ ਸਕਦੇ ਹਾਂ। ਆਸਰਾ ਨਾ ਤੱਕਿਆ ਕਰੋ, ਜੇ ਅਸੀਂ ਆਸਰਾ ਤੱਕਦੇ ਹਾਂ ਦੂਜੇ ਦੇ ਮੋਢੇ 'ਤੇ ਰੱਖ ਕੇ ਚੱਲਦੇ ਹਾਂ ਵੀ ਨਹੀਂ ਹੁਣ ਇਹ ਅੱਗੇ ਲੱਗਿਆ ਸਾਰਾ ਕੁਝ ਇਹੀ ਕਰਕੇ ਦੇਊਗਾ, ਅਸੀਂ ਆਪਣੇ ਅੰਦਰ ਵੀ ਉਹ ਜੋਸ਼ ਪੈਦਾ ਕਰਕੇ ਨਾ। ਸੋ ਆਓ ਯਾਰ, ਗੱਲਾਂ ਬਾਤਾਂ ਹੋਰ ਬਥੇਰੀਆਂ ਨੇ, ਕਰਨ ਨੂੰ ਵੀ ਦਿਲ ਕਰਦਾ, ਬੜੀ ਟਿਕਟਿਕੀ ਲਾ ਕੇ ਬੜਾ ਸ਼ਾਂਤ ਤਰੀਕੇ ਦੇ ਨਾਲ ਰਾਤ ਦਾ ਮਾਹੌਲ ਆ ਸੁਣ ਰਹੇ ਹੋ, ਪਰ ਅਮਲ ਮੇਰਾ ਵੀਰ ਜ਼ਰੂਰ ਕਰਿਓ ਯਾਰ, ਥੋੜ੍ਹਾ ਮੋਟਾ ਜ਼ਰੂਰ ਅਮਲ ਕਰੋ, ਨਹੀਂ ਬਾਹਲਾ ਕਰ ਸਕਦੇ ਤਾਂ। ਜ਼ਿੰਦਗੀ ਦਾ ਮੈਂ ਕਹਿੰਦਾ ਹੁੰਦਾ 20% ਹਿੱਸਾ ਤੁਸੀਂ ਆਪਣਾ, 20% ਹਿੱਸਾ ਆਪਣੀ ਜ਼ਿੰਦਗੀ ਦਾ, ਆਪਣੇ ਸਮਾਜ, ਆਪਣੇ ਕੌਮ ਦੇ ਲੇਖੇ ਵੀ ਲਾਓ, ਇੱਧਰ ਨੂੰ ਵੀ ਧਿਆਨ ਮਾਰਿਆ ਕਰੋ। ਕੋਈ ਗੱਲ ਨਹੀਂ, ਜ਼ਿੰਦਗੀਆਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ, ਜਾਣਾ ਹੀ ਸਾਰਿਆਂ ਨੇ ਹੀ ਹੈ, ਕੋਈ ਵੱਡੀ ਉਮਰ ਦਾ ਅਤੇ ਕੋਈ ਛੋਟੀ ਉਮਰ ਦਾ ਹੋ ਕੇ ਮਰੀ ਜਾਂਦਾ, ਐਕਸੀਡੈਂਟ 'ਚ ਵੀ ਲੋਕ ਮਰ ਜਾਂਦੇ ਨੇ, ਹਾਰਟ ਅਟੈਕ ਨਾਲ ਵੀ ਲੋਕ ਮਰ ਜਾਂਦੇ ਨੇ। ਤਾਂ ਇਸ ਕਰਕੇ ਮੈਂ ਕਹਿਣਾ ਕਿ ਯਾਰ ਜ਼ਿੰਦਗੀ ਸਾਡੀ ਉਹੀ ਸਫਲ ਹੁੰਦੀ ਹੈ, ਸਾਨੂੰ ਜਿਉਂਦਿਆਂ ਨੂੰ ਵੀ ਮਾਣ ਹੋਵੇ ਕਿ ਹਾਂ ਆਪਣੇ ਸਮਾਜ ਆਪਣੀ ਕੌਮ ਲਈ ਜਿਉਂ ਰਹੇ ਹਾਂ, ਜਿੱਦੇ ਮਰਾਂਗੇ ਉਦੇ ਵੀ ਮਾਣ ਹੋਵੇ ਕਿ ਕੁਛ ਨਾ ਕੁਛ ਆਪਣੀ ਕੌਮ ਆਪਣੇ ਸਮਾਜ ਲਈ ਕਰਕੇ ਮਰੇ ਹਾਂ। ਇੰਨਾ ਜ਼ਰੂਰ ਆਪਣੇ ਦਿਲ ਦੇ ਵਿੱਚ ਖਿਆਲ ਰੱਖਿਆ ਕਰੋ। ਧੰਨਵਾਦ ਸਾਰਿਆਂ ਦਾ, ਬਾਈਆਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ, 5 ਨੂੰ ਅਤੇ 26 ਅਤੇ 27 ਨੂੰ ਲਾ ਦਿਓ ਹੁਣ ਤੋਂ ਸੁਨੇਹੇ ਕਿ ਵੱਡੇ ਕਾਫਲੇ, ਵੱਡੀ ਗਿਣਤੀ ਲੈ ਕੇ ਜਾਣੀ ਹੈ। ਮੈਂ ਫਿਰ ਕਹਿੰਦਾ ਵਾਰ ਅਖੀਰ ਦੇ ਉੱਤੇ, ਕੱਲ੍ਹ ਨੂੰ ਟਰੈਕਟਰ ਰੈਲੀ ਹੈ ਜੀ, ਕੱਲ੍ਹ ਨੂੰ ਨੌਜਵਾਨੋ ਇੱਕ ਟਰੈਕਟਰਾਂ ਦੀ ਰੈਲੀ ਰੱਖੀ ਗਈ ਹੈ, ਇੱਥੋਂ ਕਿੱਧਰ ਨੂੰ ਜਾਣਾ? 8:30 ਇੱਥੇ ਆਉਣਾ, ਰਾਤ ਨੂੰ ਆਹੀ ਟਾਈਮ, ਸਵੇਰੇ ਤੜਕੇ ਦਾ ਟਾਈਮ ਹੈ, ਅਤੇ 2 ਨੂੰ ਇੱਥੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਆਉਣਾ, ਰਣਜੀਤ ਸਿੰਘ ਆਪਣੇ ਸਾਬਕਾ ਜਥੇਦਾਰ ਜਿਹੜੇ, ਹਾਂ ਉਹਨਾਂ ਨੇ ਆਉਣਾ 2 ਦੁਪਹਿਰੇ 2, ਉਹਨਾਂ ਦੇ ਵਿਚਾਰ ਵੀ ਸੁਣਨੇ ਆ, ਬੜੇ ਬੇਸ਼ਕੀਮਤੀ ਵਿਚਾਰ ਹੁੰਦੇ ਨੇ, ਅਤੇ ਬੜਾ ਵਧੀਆ ਲੱਗ ਰਿਹਾ ਯਾਰ, ਬੜੇ ਸਮੇਂ ਬਾਅਦ ਐਂ ਗੱਲਾਂ ਗੁੱਲਾਂ ਕਰਨ ਨੂੰ ਦਿਲ ਕਰਦਾ, ਕਿਉਂਕਿ ਜਦੋਂ ਐਂ ਸੁਣਨ ਵਾਲੇ ਹੋਣ ਨਾ, ਉਹ ਖਾਸ ਕਰਕੇ ਜਵਾਨੀ ਜਿਹੜੀ ਕਦੇ ਸੁਣਦੀ ਨਹੀਂ ਹੁੰਦੀ। ਮੈਂ ਕਾਲਜ ਪੜ੍ਹਦਾ ਸੀ ਨਾ, ਮੈਂ ਧੱਕੇ ਨਾਲ ਘੇਰ ਕੇ ਬਹਾਉਂਦਾ ਹੁੰਦਾ ਸੀ ਵੀ ਆਓ ਰੇ ਇੱਧਰ ਇਸ ਬੈਠੇ, ਗੱਲਾਂ ਕਰਨੀਆਂ ਨੇ, ਉਹ ਧੱਕੇ ਨਾਲ ਮੇਰੇ ਅੱਧਾ ਪੌਣਾ ਘੰਟਾ ਬਿਠਾਏ ਤੋਂ ਬਹਿ ਜਾਂਦੇ ਸੀ, ਫਿਰ ਭੱਜ ਜਾਂਦੇ ਸੀ। ਪਰ ਹੁਣ ਇਹ ਚੰਗੀ ਗੱਲ ਇਹ ਹੋ ਰਹੀ ਹੈ ਕਿ ਹੁਣ ਬਿਨਾਂ ਬੁਲਾਏ ਤੋਂ ਆਪ ਹੀ ਆ ਰਹੀ ਹੈ ਜਵਾਨੀ, ਇਹ ਬਹੁਤ ਸੋਹਣੀ ਗੱਲ ਆ। ਜਿਵੇਂ ਹਰਫ ਨੇ ਬੋਲਿਆ, ਮੈਂ ਲੁਧਿਆਣੇ ਦੇਖਿਆ ਕਈ ਮੁੰਡੇ ਨਾ, ਨਵੇਂ ਨੌਜਵਾਨ ਬਹੁਤ ਵਧੀਆ ਬੋਲਦੇ ਨੇ ਮੈਕ 'ਤੇ ਆ ਕੇ, ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੰਦੇ ਨੇ ਪੱਤਰਕਾਰਾਂ ਦੇ, ਵਧੀਆ ਬੁਲਾਰੇ ਪੈਦਾ ਹੋ, ਇਹ ਬਹੁਤ ਵਧੀਆ ਗੱਲ ਆ। ਤੁਸੀਂ ਵੀ ਨੌਜਵਾਨ ਨੂੰ ਮੈਂ ਇਹੀ ਕਹਿਣਾ ਵੀ ਬਾਤਾਂ ਬਾਰੇ ਇੱਥੇ ਬੋਲਣਾ ਸਿੱਖਿਆ ਕਰੋ। ਇੱਕ ਵਾਰੀ ਬੰਦੇ ਨੂੰ ਝੱਕਾ ਜਿਹਾ ਹੁੰਦਾ, ਫਿਰ ਤਾਂ ਬੰਦਾ ਹੌਲੀ ਹੌਲੀ, ਜਿਵੇਂ ਕਿਤਾਬਾਂ ਪੜ੍ਹੋਗੇ ਨਾ, ਲਿਟਰੇਚਰ ਸਾਹਿਤ ਵਗੈਰਾ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹੋ, ਅਖਬਾਰ ਅਖਬੂਰ ਪੜ੍ਹਿਆ ਕਰੋ, ਤਾਂ ਫਿਰ ਬੰਦੇ ਨੂੰ ਬੋਲਣਾ ਬਾਲਣਾ ਦੀ ਜਿਹੜੀ ਸਾਰਾ ਸਿੱਖਿਆ ਆ ਜਾਂਦੀ ਹੈ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।